ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕੈਦੀ ਜੇਲ੍ਹ ਅੰਦਰ ਲੱਗੇ ਪੀਸੀਓ ਤੋਂ ਮੁੱਖ ਦਫ਼ਤਰ ਉੱਤੇ ਵਿਸ਼ੇਸ਼ ਨੰਬਰ ਉੱਪਰ ਕਰ ਸਕਣਗੇ ਸ਼ਿਕਾਇਤ। ਏਡੀਜੀਪੀ ਜੇਲ੍ਹਾਂ ਪੀਕੇ ਸਿਨਹਾ, ਵਿਸ਼ਵ ਸੁਸਾਇਟੀ ਪ੍ਰਵੈਸ਼ਨ ਦਿਵਸ ਮੌਕੇ ਰੂਪਨਗਰ ਜੇਲ੍ਹ ਵਿੱਚ ਕਰਵਾਇਆ ਗਿਆ ਸਮਾਗਮ। ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਸੂਬੇ ਦੀਆਂ ਜੇਲ੍ਹਾਂ ਅੰਦਰ ਮੁੱਖ ਦਫ਼ਤਰ ਦਾ ਇੱਕ ਵਿਸ਼ੇਸ਼ ਫੋਨ ਨੰਬਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨੰਬਰ ਉੱਤੇ ਕੈਦੀ ਹਵਾਲਾਤੀ ਫੋਨ ਕਰਕੇ ਜੇਲ੍ਹ ਅੰਦਰ ਹੁੰਦੀ ਕਿਸੇ ਵੀ ਬੇਨਿਯਮੀ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ। ਅੱਜ ਇੱਥੇ ਵਿਸ਼ਵ ਸੁਸਾਇਟੀ ਪ੍ਰਵੈਸ਼ਨ ਦਿਵਸ ਮੌਕੇ ਪਹੁੰਚੇ ਏਡੀਜੀਪੀ ਜੇਲ੍ਹਾਂ ਪੀਕੇ ਸਿਨਹਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਸ਼੍ਰੀ ਸਿਨਹਾ ਨੇ ਦੱਸਿਆ ਕਿ ਇਹ ਉਪਰਾਲਾ ਸਰਕਾਰ ਵੱਲੋਂ ਜੇਲ੍ਹ ਅੰਦਰ ਰਿਸ਼ਵਤਖੋਰੀ, ਨਸ਼ੇ ਅਤੇ ਹੋਰ ਨਾਜਾਇਜ਼ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਚਲਾਈ ਜਾ ਰਹੀ ਹੈ। ਔਰ ਕੈਦੀਆਂ ਦੇ ਆਮ ਕੈਦੀਆਂ ਦਾ ਜਿਹੜਾ ਆਮ ਜਿਹੜਾ ਵੈਲਨੈਸ ਹੈ ਉਹਦੇ ਵੱਲ ਧਿਆਨ ਦੇ ਸਕੇਗਾ, ਮੈਂਟਲ ਵੈਲਨੈਸ ਦਾ। ਸਰ ਸਟੱਡੀ ਦੇ ਵਿੱਚ ਕੀ ਆਇਆ ਸਾਹਮਣੇ, ਕਿਉਂ ਸੁਸਾਈਡ ਕਰਨ ਦੇ ਲਈ ਜਾਂਦੇ ਆ ਕੈਦੀ, ਆ ਉਹਨੂੰ ਰੋਕਣ ਦੇ ਵਾਸਤੇ ਕੀ ਉਪਰਾਲੇ? ਕਈ ਸਾਰੇ ਇੱਕ ਲਾਈਨ 'ਚ ਤਾਂ ਇਹ ਸਟੱਡੀ ਦੀ ਫਾਈਂਡਿੰਗਸ ਦੱਸੀ ਨਹੀਂ ਜਾ ਸਕਦੀ, ਦੋ ਤਿੰਨ ਮੋਟੇ ਮੋਟੇ ਪੁਆਇੰਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਇਹ ਫਾਈਂਡਿੰਗ 'ਚ ਆਇਆ ਕਿ ਜਿਹੜਾ ਪਹਿਲਾ ਮਹੀਨਾ ਹੈ ਜਾਂ ਪਹਿਲੇ ਕੁਛ ਮਹੀਨੇ ਜਿਹੜੇ ਸੁਸਾਈ ਜਦੋਂ ਕੈਦੀ ਅੰਦਰ ਆਉਂਦਾ ਹੈ ਜੇਲ੍ਹ ਦੇ, ਅੰਡਰ ਟ੍ਰਾਇਲ ਹੋਵੇ, ਕਨਵਿਕਟ ਹੋਵੇ, ਕੈਦੀ ਹੋਵੇ, ਹਵਾਲਾਤੀ ਹੋਵੇ, ਉਹ ਪੀਰੀਅਡ ਬੜਾ ਕ੍ਰਿਟੀਕਲ ਪੀਰੀਅਡ ਹੁੰਦਾ ਹੈ। ਇਨਫੈਕਟ ਫਸਟ ਡੇ ਵੀ ਬਹੁਤ ਕ੍ਰਿਟੀਕਲ ਹੁੰਦਾ ਹੈ। ਦੂਸਰਾ ਫਾਈਂਡਿੰਗਸ ਇਹ ਆਏ ਨੇ ਕਿ ਜਿਵੇਂ ਅਲੱਗ ਅਲੱਗ ਕਿਸੇ ਨੂੰ ਕੋਈ ਮਾੜਾ ਸਮਾਚਾਰ ਮਿਲਿਆ, ਕਿਸੇ ਨੂੰ ਕੋਈ ਕਿਸੇ ਦਾ ਬੇਲ ਰਿਜੈਕਟ ਹੋ ਗਿਆ ਜਾਂ ਅਪੀਲ ਰਿਜੈਕਟ ਹੋ ਗਈ, ਉਹ ਕਾਰਨ ਨੇ। ਕੁਛ ਕਾਰਨ ਇਹ ਵੀ ਆਏ ਨੇ ਆਤਮ ਗਲਾਣੀ ਦੇ ਕਰਕੇ ਕਿ ਕਿਸੇ ਨੇ ਉੱਤੇ ਕੋਈ ਬਹੁਤ ਭੈੜਾ ਇਲਜ਼ਾਮ ਲੱਗਿਆ ਸੀ, ਉਹਦੇ ਕਰਕੇ ਉਹ ਆਪਣੇ ਵਿਚਾਰਾਂ ਨੂੰ ਕੰਟਰੋਲ ਨਹੀਂ ਕਰ ਸਕਿਆ ਇਸ ਕਰਕੇ। ਸੋ ਅਲੱਗ ਅਲੱਗ ਕਿਸਮ ਦੇ ਕਾਰਨ ਆਏ ਨੇ, ਲੇਕਿਨ ਆਪਾਂ ਕਿਉਂਕਿ ਉਹਦੀ ਇੱਕ ਬੜੀ ਫੋਕਸ ਸਟੱਡੀ ਹੋਈ ਹੈ, ਤਾਂ ਆਪਾਂ ਇਹ ਹੁਣ ਡਿਸਾਈਡ ਕਰ ਸਕਦੇ ਹਾਂ ਕਿ ਕਿਸ ਵੇਲੇ ਆਪਾਂ ਜ਼ਿਆਦਾ ਧਿਆਨ ਰੱਖੀਏ ਕੈਦੀਆਂ 'ਤੇ, ਨਵੇਂ ਆਏ ਹੋਏ ਕੈਦੀਆਂ 'ਤੇ ਧਿਆਨ ਰੱਖਣਾ, ਜਿਵੇਂ ਕਿ ਇੱਕ ਐਗਜ਼ਾਮਪਲ ਹੋਇਆ। ਦੂਜਾ, ਉਹਨਾਂ ਦੇ ਵਿੱਚ ਕੀ ਕੈਰੈਕਟਰਿਸਟਿਕਸ ਨੇ ਜਿਹਨੂੰ ਕਿ ਸਾਨੂੰ ਪਹਿਚਾਨਣਾ ਚਾਹੀਦਾ ਹੈ ਜੇਲ੍ਹ ਅਫੀਸ਼ਲਸ ਨੂੰ, ਤਾਂ ਕਿ ਆਪਾਂ ਅਰਲੀ ਆਈਡੈਂਟੀਫਿਕੇਸ਼ਨ ਕਰਕੇ ਇਸ ਚੀਜ਼ ਨੂੰ ਪ੍ਰੀਵੈਂਟ ਕਰ ਸਕੀਏ, ਕਿਉਂਕਿ ਸੁਸਾਈਡ ਇਜ਼ ਪ੍ਰੀਵੈਂਟੇਬਲ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਪ੍ਰੀਵੈਂਟੇਬਲ ਹੈ। ਇਸ ਕਰਕੇ ਕੋਸ਼ਿਸ਼ ਕਰਨ ਨਾਲ ਇਹ ਤਾਂ ਕੋਈ ਨਹੀਂ ਕਹਿ ਸਕਦਾ ਕਿ ਜ਼ੀਰੋ ਹੋ ਜਾਏਗਾ, ਲੇਕਿਨ ਅਗਰ ਆਪਾਂ ਇੱਕ ਜਾਨ ਵੀ ਬਚਾ ਲਈਏ ਇਸ ਸਟ੍ਰੈਟਜੀ ਦੇ ਨਾਲ, ਤਾਂ ਮੈਂ ਸਮਝਾਂਗਾ ਕਿ ਇਹ ਸਟ੍ਰੈਟਜੀ ਸਾਡੀ ਕਾਮਯਾਬ। ਸਰ, ਮਾਨਸਿਕਤਾ ਚੇਂਜ ਕਰਨ ਵਾਸਤੇ ਜਿੰਨਾ ਕੈਦੀਆਂ ਦੀ ਜਿਹੜੀ ਜੇਲ੍ਹਾਂ ਦੇ ਵਿੱਚ ਜਿਹੜੇ ਉਹਨਾਂ ਦਾ ਕੀ ਖਾਸ ਉਹਨਾਂ ਦੇ ਵਾਸਤੇ ਕੀਤਾ ਜਾਵੇਗਾ? ਦੇਖੋ, ਅੱਜ ਚਲੋ ਸੁਸਾਈਡ ਪ੍ਰੀਵੈਂਸ਼ਨ ਡੇ ਦੇ ਕਰਕੇ ਅੱਜ ਆਪਾਂ ਇੱਥੇ ਤੁਹਾਡੇ ਉਪਲਕਸ਼ ਆਏ ਹਾਂ, ਲੇਕਿਨ ਮਾਨਸਿਕਤਾ ਚੇਂਜ ਕਰਨ ਦੇ ਬਾਰੇ ਕਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ, ਜਿਹਨੂੰ ਕਿ ਕਰੈਕਸ਼ਨਲ ਇੰਟਰਵੈਂਸ਼ਨਸ ਕਹਿੰਦੇ ਆ। ਇਹ ਵੀ ਜਿਹੜਾ ਅੱਜ ਕੀਤਾ ਗਿਆ ਹੈ, ਜਿੱਥੇ ਕਿ ਕੰਪੀਟੀਸ਼ਨਸ ਵਗੈਰਾ ਬਣਾਏ, ਪੇਂਟਿੰਗ ਕੰਪੀਟੀਸ਼ਨ, ਐਲੋਕੇਸ਼ਨ ਕੰਪੀਟੀਸ਼ਨ, ਪੋਇਟਰੀ ਕੰਪੀਟੀਸ਼ਨ, ਇਹ ਸਾਰਾ ਕੁਝ ਉਸੀ ਪ੍ਰਕਿਰਿਆ ਦਾ ਪਾਰਟ ਹੈ। ਵੱਖ ਵੱਖ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਇੱਕ ਪੰਜਾਬ ਪ੍ਰਿਜ਼ਨ ਡਿਵੈਲਪਮੈਂਟ ਬੋਰਡ ਬਣਾਇਆ ਗਿਆ ਹੈ, ਉਹਦੇ ਅੰਡਰ ਕਾਫੀ ਐਕਟੀਵਿਟੀ ਕਰ ਰਹੇ ਹਾਂ। ਤੁਹਾਡੇ ਜੇਲ੍ਹ ਦੇ ਨਾਲ ਆਪਾਂ ਕਿਸ ਪਾਸੇ ਬਣਾ ਰਹੇ ਹਾਂ? ਇੱਧਰ ਬਣਾ ਰਹੇ ਹਾਂ ਜਿਹੜਾ ਪੈਟਰੋਲ ਪੰਪ, ਆਪਾਂ 12 ਥਾਵਾਂ 'ਤੇ ਪੈਟਰੋਲ ਪੰਪ ਲਗਾ ਰਹੇ ਹਾਂ ਜੇਲ੍ਹਾਂ ਅਤੇ ਬਾਉਂਡਰੀ ਦੇ ਨਾਲ। ਉਹ ਹੈ ਕਿ ਜੇ ਕੈਦੀ ਨੂੰ ਆਪਾਂ ਟ੍ਰੇਨਿੰਗ, ਅੰਦਰ ਵਾਲੇ ਕੈਦੀ ਜਿਹੜੇ ਅੱਛੇ ਵਿਵਹਾਰ ਵਾਲੇ ਕੈਦੀ ਹੋਣਗੇ, ਜਿਨ੍ਹਾਂ ਦਾ ਰਿਕਾਰਡ ਕਲੀਨ ਹੋਏਗਾ, ਉਹਨਾਂ ਨੂੰ ਆਪਾਂ ਦਿਨੇ ਲੈ ਕੇ ਆਵਾਂਗੇ, ਉਹ ਪੈਟਰੋਲ ਪੰਪ ਚਲਾਉਣਗੇ, ਤਾਂ ਕਿ ਉਹਨਾਂ ਦੇ ਜੋ ਕੈਦ ਖਤਮ ਹੋਵੇ ਅਤੇ ਉਹ ਇੱਕ ਜਾ ਕੇ ਰੋਜ਼ਗਾਰ ਕਰ ਸਕੇ ਔਰ ਆਪਣੇ ਪਰਿਵਾਰ ਦਾ ਆਪਣਾ ਖਿਆਲ ਰੱਖ ਸਕੇ। ਇਸੇ ਤਰ੍ਹਾਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ ਨੇ, ਤਾਂ ਕਿ ਕੋਈ ਬਿਸਕਿਟ ਬਣਾਉਣ ਦੇ ਵਿੱਚ, ਕੋਈ ਸਰੋਂ ਦਾ ਤੇਲ ਦੇ ਵਿੱਚ, ਕੋਈ ਟਾਇਲਾਂ ਬਣਾਉਣ ਦੇ ਵਿੱਚ, ਇਸ ਤਰ੍ਹਾਂ ਦੀ ਫੈਕਟਰੀਆਂ ਆਪਾਂ ਲਗਾ ਰਹੇ ਹਾਂ ਅਲੱਗ ਅਲੱਗ ਜੇਲ੍ਹਾਂ 'ਚ, ਤਾਂ ਕਿ ਉਹ ਕੁਛ ਹੁਨਰ ਸਿੱਖ ਕੇ ਜਾਣ, ਤਾਂ ਕਿ ਉਹ ਜੇਲ੍ਹ ਤੋਂ ਬਾਹਰ ਜਦੋਂ ਜਾਣਗੇ ਤਾਂ ਉਹ ਇੰਪਲੋਇਬਲ ਹੋਣ। ਸਰ, ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮੈਮ ਸੁਰਨਾਮ ਕੀ ਹੈ ਜੀ? ਡਾਕਟਰ ਰੁਕਨੀਤ ਲਾਲੀ। ਮੈਮ, ਆ ਜਿਹੜਾ ਕੈਦੀਆਂ ਦੇ ਸੁਸਾਈਡ ਨੂੰ ਲੈ ਕੇ ਤੁਸੀਂ ਜਿਹੜੀ ਹੈਗੀ ਆ ਜਾਂਚ ਪੜਤਾਲ ਕਰ ਰਹੇ ਹੋ, ਕੀ ਹੈਗੀ, ਕਿਉਂ ਜਿਹੜੇ ਹੈਗੇ ਕੈਦੀ ਖੁਦਕੁਸ਼ੀਆਂ ਕਰਦੇ, ਕੀ ਕਾਰਨ ਕੀ ਇਹਦੇ ਪਿੱਛੇ ਆ? ਕਈ ਕਾਰਨ ਨੇਗੇ, ਕੁਛ ਕਾਰਨ ਮਾਨਸਿਕਤਾ ਦੇ ਕਾਰਨ ਨੇ, ਕੁਛ ਕਾਰਨ ਇਹ ਵੀ ਹੁੰਦਾ ਕਿ ਜੇਲ੍ਹ ਦਾ ਮਾਹੌਲ ਜਾਂ ਜਿਵੇਂ ਅਰੈਸਟ ਕੀਤਾ ਗਿਆ ਬੰਦਾ ਉਸ ਦੇ ਕਾਰਨ ਹੁੰਦੇ ਹੈ, ਕੁਛ ਕ੍ਰਿਮੀਨਲ ਜਸਟਿਸ ਫੈਕਟਰਸ ਦੇ ਨਾਲ ਹੈ ਕਿ ਬੇਲ ਨਹੀਂ ਹੋਈ ਜਾਂ ਤੁਹਾਡਾ ਕੁਛ ਹੋਰ, ਤੁਹਾਡੇ 'ਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਤੋ ਤਿੰਨੋਂ ਕਾਰਨ ਜਿਹੜੇ ਨੇਗੇ, ਕਈ ਜਗ੍ਹਾ 'ਤੇ ਡਰੱਗ ਅਬਿਊਜ਼ ਜਿਹੜਾ ਹੈਗਾ, ਜਿਹੜੇ ਲੋਕ ਨਸ਼ਾ ਕਰਦੇ ਹੈ ਉਹਨਾਂ ਦਾ ਵੀ ਸੁਇਸਾਈਡ ਰੇਟ ਹਾਈ ਹੈਗਾ,
ਸੋ ਇਹ ਕਾਰਨ ਅਲੱਗ ਅਲੱਗ ਹੈਗੇ ਆ ਤੇ ਜਿਵੇਂ ਦੱਸਿਆ ਗਿਆ ਜ਼ਿਆਦਾਤਰ ਸੁਸਾਈਡ ਕਿਹਨਾਂ ਦੇ ਆਉਂਦੇ ਜਿਹੜੇ ਨਵੇਂ ਜਿਹੜੇ ਬਿਲਕੁਲ ਨਵੇਂ ਜਿਹੜੇ ਨਵੇਂ ਆਉਂਦੇ ਪਹਿਲੀ ਵਾਰੀ ਆ ਰਹੇ ਤੇ ਪਹਿਲਾ ਦਿਨ 24 ਘੰਟੇ ਉਹ ਬਹੁਤ ਕ੍ਰਿਟੀਕਲ ਹੁੰਦਾ ਤੇ ਪਹਿਲਾ ਮਹੀਨਾ ਜਿਹਨੂੰ ਇਹ ਲੱਗੇ ਕਿ ਮੈਨੂੰ ਕੋਈ ਉਮੀਦ ਨਹੀਂ ਹੈਗੀ ਜ਼ਿੰਦਗੀ 'ਚ ਜਾਂ ਮੈਂ ਬਿਲਕੁਲ ਹੀ ਬੇਸਹਾਰਾ ਹੈਗਾ ਉਹਦਾ ਚਾਂਸ ਜ਼ਿਆਦਾ ਹੁੰਦਾ ਸੁਸਾਈਡ ਕਰਨ ਦਾ ਹੋਪਲੈਸਨੈਸ ਹੈਲਪਲੈਸਨੈਸ ਕੰਬਾਈਨਡ ਇਹਦਾ ਹੱਲ ਕੀ ਲੱਭਿਆ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਇਹਦੇ ਵਾਸਤੇ ਪਹਿਲੀ ਗੱਲ ਤਾਂ ਅਸੀਂ ਸਰੀਰਕ ਹੈਲਥ 'ਤੇ ਦੇਖ ਲੈਂਦੇ ਹਾਂ ਜਿਹੜਾ ਡਾਕਟਰ ਹੁੰਦਾ ਉਹ ਜਾਂਚ ਕਰ ਲੈਂਦਾ ਕਿ ਇਹਨੂੰ ਕੋਈ ਟੋਰਚਰ ਤਾਂ ਨਹੀਂ ਹੋਇਆ ਜਾਂ ਕੋਈ ਇਹਨੂੰ ਬਿਮਾਰੀ ਤਾਂ ਨਹੀਂ ਹੈਗੀ ਲੇਕਿਨ ਮਾਨਸਿਕ ਤੌਰ 'ਤੇ ਕੋਈ ਅਸੈਸਮੈਂਟ ਨਹੀਂ ਹੋ ਰਿਹਾ ਸੀਗਾ ਸੋ ਐਕਸ਼ਨ ਪਲਾਨ ਵਿੱਚ ਵੀ ਇਹ ਸੁਜੈਸਟ ਕੀਤਾ ਗਿਆ ਕਿ ਮਾਨਸਿਕ ਤੌਰ 'ਤੇ ਵੀ ਉਹਦੀ ਅਸੈਸਮੈਂਟ ਕੀਤੀ ਜਾਵੇ ਜੋ ਕੋਈ ਸੋਚ ਰਿਹਾ ਹੈ ਪਹਿਲਾਂ ਕਿਸੇ ਨੇ ਅਟੈਂਪਟ ਕੀਤੀ ਹੋਈ ਹੈ ਉਹਦਾ ਪਤਾ ਚੱਲੇ ਡਿਪਰੈਸ਼ਨ 'ਤੇ ਹਾਈ ਹੈਗਾ ਡਿਪਰੈਸ਼ਨ ਇਜ਼ ਅ ਮੇਜਰ ਕੌਜ਼ ਆਫ ਸੁਸਾਈਡ ਸੋ ਉਹਨਾਂ ਨੂੰ ਫਿਰ ਕਾਉਂਸਲਿੰਗ ਅਤੇ ਸਾਈਕੈਟ੍ਰਿਕ ਇੰਟਰਵੈਂਸ਼ਨ ਜ਼ਰੂਰੀ ਐਕਸ਼ਨ ਪਲਾਨ ਦੀਆਂ ਕੋਈ ਖਾਸ ਦੋ ਚਾਰ ਗੱਲਾਂ ਐਕਸ਼ਨ ਪਲਾਨ ਦੇਖੋ ਤਿੰਨ ਲੈਵਲਸ 'ਤੇ ਇੱਕ ਤਾਂ ਜੇਲ੍ਹ ਦੇ ਤੌਰ 'ਤੇ ਇੱਕ ਹੈੱਡਕੁਆਟਰ ਲੈਵਲ 'ਤੇ ਕੁਝ ਐਕਸ਼ਨਸ ਨੇਗੇ ਕਿਉਂਕਿ ਸਾਈਕੋਲੋਜਿਸਟ ਇੱਕ ਵੀ ਸਾਈਕੋਲੋਜਿਸਟ ਨਹੀਂ ਹੈਗਾ ਪੰਜਾਬ ਦੇ ਜੇਲ੍ਹਾਂ ਵਿੱਚ ਸੋ ਸੁਜੈਸਟ ਕੀਤਾ ਗਿਆ ਹੈੱਡਕੁਆਟਰ ਅਤੇ ਸਟੇਟ ਗਵਰਨਮੈਂਟ ਦੇ ਬਤੌਰ ਕਰਨ ਦਾ ਅਤੇ ਸਭ ਤੋਂ ਪਹਿਲੀ ਗੱਲ ਜਿਹੜੀ ਕਹਿ ਰਹੀ ਹਾਂ ਮੈਂ ਕਿ ਮੈਂਟਲ ਹੈਲਥ ਅਸੈਸਮੈਂਟ ਬੜੀ ਜ਼ਰੂਰੀ ਹੈਗੀ ਹੈ ਅਤੇ ਆਪਸ ਵਿੱਚ ਹੀ ਇੱਥੇ ਇੱਕ ਪੇਅਰ ਗਰੁੱਪ ਬਣਿਆ ਜਾਏ ਕਿ ਜਿਹੜਾ ਕਿ ਇੱਕ ਦੂਜੇ ਨੂੰ ਕੈਦੀਆਂ ਨੂੰ ਸਪੋਰਟ ਮਿਲ ਜਾਵੇ ਪੇਅਰ ਹੈਲਪ ਅਸੀਂ ਕਹਿ ਰਹੇ ਹਾਂ ਕਿ ਸੁਇਸਾਈਡ ਜਿਹੜਾ ਕੋਈ ਕਰਦਾ ਉਹਨੂੰ ਇੱਕ ਸਹਾਰਾ ਹੋਵੇ ਕਿ ਹਾਂ ਮੈਂ ਕਿਤੇ ਗੱਲ ਕਰ ਸਕਦਾ ਜੇ ਸੋਚ ਵੀ ਆਵੇ ਤਾਂ ਉਹਦੇ ਕੋਲ ਕੋਈ ਪਤਾ ਚੱਲੇ ਕਿ ਮੈਂ ਕਿੱਥੇ ਕਿਸ ਨਾਲ ਗੱਲ ਕਰ ਸਕਦਾ ਹੈਗਾ ਠੀਕ ਹੈ